ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਸਰੀ ਜਿਹੜੀ ਮੇਨ ਬੇਨਤੀ ਕਰਨੀ ਹੈ ਸਾਰੀ ਸੰਗਤ ਨੂੰ, ਜੋ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬਿਰਾਜਮਾਨ ਹੈ, ਔਰ ਸਾਰੇ ਪੰਜਾਬ 'ਚ, ਹਿੰਦੁਸਤਾਨ 'ਚ, ਬਾਹਰਲੇ ਕੰਟਰੀਆਂ ਦੇ ਵਿੱਚ ਗੁਰਮਤਿ ਮੈਡੀਟੇਸ਼ਨ ਟੈਲੀਗ੍ਰਾਮ 'ਤੇ ਵੀ ਹੈ, ਜਿੰਨੇ ਵੀ ਆਪਣੇ ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ ਗਰੁੱਪ ਬਣੇ ਨੇ, ਉਹ ਸਾਰੇ ਗੁਰਮੁਖ ਜਿਹੜੇ ਮੇਨ ਮੁਖੀ ਨੇ, ਜਿਹੜੇ ਉੱਥੇ ਜੋ ਚਲਾਉਂਦੇ ਨੇ, ਉਹਨਾਂ ਨੂੰ ਵੀ ਬੇਨਤੀ ਹੈ, ਸਾਰੀ ਸੰਗਤ ਨੂੰ ਬੇਨਤੀ ਹੈ। ਉਦੋਂ ਪਹਿਲਾਂ ਮੈਂ ਇੱਕ ਤੁਹਾਡੇ ਨਾਲ ਵਿਚਾਰ ਕਰ ਲਵਾਂ ਕਿ ਇਹ ਆਪਣਾ ਇੱਕ ਪਰਿਵਾਰ ਹੈ। ਸੰਗਤ ਕੀ ਹੈ ਜੀ? ਆਪਣਾ ਇੱਕ ਪਰਿਵਾਰ ਹੈ। ਪਰਿਵਾਰ ਦੇ ਵਿੱਚੋਂ ਜੇ ਕਿਸੇ ਬੱਚੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਆਪਾਂ ਉਸ ਬੱਚੇ ਨੂੰ ਬੜੇ ਪਿਆਰ ਨਾਲ ਸੱਦ ਕੇ ਸਮਝਾਉਂਦੇ ਹਾਂ, ਐਂ ਕਰਦੇ ਨਾ? ਅਤੇ ਜੇ ਤਾਂ ਬੱਚਾ ਸਮਝ ਆਵੇ ਤਾਂ ਸਾਰੇ ਖੁਸ਼ ਹੋ ਜਾਂਦੇ ਨੇ ਵੀ ਠੀਕ ਹੈ ਬੱਚਾ। ਅਗਰ ਦੋ ਤਿੰਨ ਵਾਰੀ ਸਮਝਾਉਣ 'ਤੇ ਕੋਈ ਵੀ ਬੱਚਾ ਜਿਹੜਾ ਪ੍ਰਚਾਰ ਕਰਦਾ ਹੈ, ਜੋ ਨਾ ਸਮਝੇ ਤਾਂ ਫਿਰ ਉਹਨੂੰ ਆਪਾਂ ਸਾਈਡ 'ਤੇ ਕਰ ਦਿੰਦੇ ਹਾਂ, ਐਂ ਹੁੰਦਾ ਨਾ? ਵੀ ਉਹਨੂੰ ਘਰ ਤੋਂ ਵੱਖ ਕਰ ਦਿੰਦੇ ਹਾਂ, ਕਹੀਦਾ ਵੀ ਭਾਈ ਤੂੰ ਹੁਣ ਵੱਖ ਹੋ ਜਾ। ਇਸੇ ਤਰ੍ਹਾਂ ਅਸੀਂ ਬਹੁਤ ਹੀ ਪਿਆਰ ਸਤਿਕਾਰ ਦਿੰਦੇ ਹਾਂ ਸੰਗਤ ਨੂੰ। ਕਿਉਂ? ਕਿਉਂਕਿ ਸੰਗਤ ਗੁਰੂ ਰੂਪ ਹੁੰਦੀ ਹੈ। ਸੰਗਤ ਕੀ ਹੁੰਦੀ ਹੈ ਜੀ? ਗੁਰੂ ਰੂਪ ਹੁੰਦੀ ਹੈ। ਇਸੇ ਤਰ੍ਹਾਂ ਸਾਡੇ ਕੋਲ ਸੰਗਤ ਵਿੱਚ ਬਹੁਤ ਸਾਲ ਪਹਿਲਾਂ ਇੱਕ ਗੁਰਮੁਖ ਆਏ, ਉਹਨਾਂ ਦਾ ਨਾਂ ਹੈ ਅਮਰੀਕ ਸਿੰਘ ਸਾਦੀ ਹਰੀ। ਸਾਡੇ ਕੋਲ ਪੜਾਅ ਕੀਤਾ ਉਹਨਾਂ ਨੇ, ਨਾਮ ਜਪਿਆ, ਸਿਮਨ ਕੀਤਾ, ਕਿਰਪਾ ਹੋਈ ਮਾਲਕ ਦੀ, ਅੰਮ੍ਰਿਤ ਦੀ ਦਾਤ ਲੈ ਗਏ। ਇੱਕ ਦਿਨ ਕਹਿੰਦੇ ਜੀ ਪ੍ਰਚਾਰ ਕਰ ਸਕਦੇ ਹਾਂ ਅਸੀਂ? ਮੈਂ ਹਾਂਜੀ ਕਰ ਸਕਦੇ ਹੋ, ਪਰ ਸਾਨੂੰ ਪਹਿਲਾਂ ਕਥਾ ਸੁਣਾਓ, ਸਾਨੂੰ ਪਹਿਲਾਂ ਕਥਾ ਕਰਕੇ ਸੁਣਾਓ ਵੀ ਤੁਸੀਂ ਮਨ ਦੀ ਕਹਾਣੀ ਕਰਦੇ ਹੋ ਜਾਂ ਕੋਈ ਹੋਰ। ਚਲੋ ਜੀ, ਉਹਨਾਂ ਨੇ ਕਥਾ ਮੈਨੂੰ ਰਿਕਾਰਡਿੰਗ ਕਰਕੇ ਭੇਜੀ, ਮੈਂ ਸੁਣੀ। ਮੈਂ ਕਿਹਾ ਜੀ ਹਾਂਜੀ ਤੁਸੀਂ ਇਸ ਤਰ੍ਹਾਂ ਕਰਦੇ ਰਹੋ, ਕਿਰਪਾ ਰਹੇਗੀ ਮਾਲਕ। ਕੁਛ ਸਮੇਂ ਬਾਅਦ ਫਿਰ ਉਹਨਾਂ ਨੇ ਕੁਛ ਆਪਣੇ ਗੁਰਮਤਿ ਦੇ ਮੁਤਾਬਕ, ਗੁਰਬਾਣੀ ਗੁਰੂ ਤੋਂ ਸਾਈਡ 'ਤੇ ਹਟ ਕੇ ਹਰ ਰਸ ਬਾਰੇ ਭੁਲੇਖਾ ਪਾਇਆ ਸੰਗਤ ਨੂੰ, ਵੀ ਜਿਨ੍ਹਾਂ ਨੂੰ ਸ਼ਬਦ ਸੁਣਦਾ, ਨਾਮ ਸੁਣਦਾ, ਅਤੇ ਜਿਨ੍ਹਾਂ ਨੂੰ ਹਰ ਰਸ ਨਹੀਂ ਆਉਂਦਾ, ਸ਼ਬਦ ਸੁਣਦਾ, ਕਹਿੰਦੇ ਉਹਨਾਂ ਨੂੰ ਜੰਮ ਲੈ ਕੇ ਜਾਣਗੇ, ਜੰਮ ਘੁੱਟਣਗੇ। ਸ਼ਬਦ ਸੁਣ ਕੇ ਤਾਂ ਜੰਮ ਦੂਰ ਭੱਜਦੇ ਨੇ। ਇਸ ਤਰ੍ਹਾਂ ਦੇ ਬੜੇ ਭੁਲੇਖੇ, ਇੱਕ ਨੇ, ਦੋ ਨੇ, ਕਈ ਸ਼ਿਕਾਇਤਾਂ ਆਈਆਂ ਨੇ। ਅਸੀਂ ਸੰਗਤ ਦੇ ਵਿੱਚ ਹੀ ਨਖੇੜਾ ਕਰਨਾ ਚਾਹੁੰਦੇ ਹਾਂ ਵੀ ਉਹਨਾਂ ਦੇ ਵਿਧਾਏ ਸਿੰਘਾਂ ਨੇ ਮਤਾ ਵਿਚਾਰ ਕੀਤੀ ਹੈ, ਗੁਰਮਤਾ ਕੀਤਾ ਹੈ ਕਿ ਉਹਨਾਂ ਨੂੰ ਆਪਣੀਆਂ ਸੰਗਤਾਂ ਉਹਨਾਂ ਤੋਂ ਸੁਚੇਤ ਰਹਿਣ, ਕਿਉਂਕਿ ਡਬਲ ਮਾਈਂਡ ਕਰ ਦਿੰਦਾ। ਕੀ ਕਰਦਾ ਜੀ? ਦੋ ਚਿੱਤੀ 'ਚ ਪਾ ਦਿੰਦਾ, ਕਿਉਂਕਿ ਕਾਫੀ ਫੋਨ ਆਉਂਦੇ ਨੇ ਸੰਗਤ ਦੇ। ਇਸ ਕਰਕੇ ਫਿਰ ਸਿੰਘਾਂ ਨੇ ਫੈਸਲਾ ਲਿਆ, ਗੁਰਮਤਾ ਕੀਤਾ ਵੀ ਆਪਾਂ ਇਹਨਾਂ ਨੂੰ ਆਪਣੇ ਵੱਲੋਂ, ਆਪਣੀ ਸੰਸਥਾ ਨਾਲ ਕੋਈ ਇਹਨਾਂ ਦਾ ਸੰਬੰਧ ਨਾ ਰਹੇ, ਆਪਦੇ ਲੈਵਲ 'ਤੇ ਜੋ ਮਰਜ਼ੀ ਕਰਨ। ਠੀਕ ਹੈ ਜੀ, ਆਓ ਗੁਰਮੁਖਾਂ ਤੋਂ ਸਰਵਣ ਕਰ ਲਓ ਜੀ, ਫਿਰ ਆਨੰਦ ਸਾਹਿਬ ਜੀ ਦਾ ਆਪਾਂ ਪਾਠ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਗੁਰੂ ਰੂਪ ਸੰਗਤ ਨੂੰ ਸਤਿਗੁਰੂ ਸ੍ਰੀ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ, ਗੁਰੂ ਸਰ ਕਹੋਗੇ ਸੱਚ ਨੌ ਵਡਿਆਈ ਵਿਚਾਰ, ਗੁਰਮਤਿ ਮੈਡੀਟੇਸ਼ਨ ਦੇ ਮੁਖੀ ਭਾਈ ਸਾਹਿਬ ਭਾਈ ਧਰਮਜੀਤ ਸਿੰਘ ਜੀ ਗੁਰੂ ਸਰ ਕਹੋਗੇ, ਅਤੇ ਸਮੂਹ ਸੰਗਤ ਨੂੰ ਸੁਚੇਤ ਕੀਤਾ ਜਾਂਦਾ ਹੈ
ਕਿ ਭਾਈ ਅਮਰੀਕ ਸਿੰਘ ਸਾਦੀ ਹਰੀ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਇਸ ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਕੀਤੀ ਸੀ। ਉਪਰੰਤ ਗੁਰਮੁਖਾਂ ਨੇ ਪ੍ਰਚਾਰ ਸ਼ੁਰੂ ਕੀਤਾ ਜੋ ਕਿ ਸ਼ੁਰੂਆਤ ਵਿੱਚ ਤਾਂ ਗੁਰਮਤ ਮੁਤਾਬਕ ਕੀਤਾ ਗਿਆ ਪਰ ਹੁਣ ਉਹ ਆਪਣੀ ਮਤ ਅਨੁਸਾਰ ਸੰਗਤਾਂ ਨੂੰ ਸੇਧ ਦੇ ਰਹੇ ਹਨ ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੁਕਮ ਦੇ ਮੁਤਾਬਕ ਸਹੀ ਨਹੀਂ ਹੈ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪੰਜ ਪਿਆਰੇ ਗੁਰੂ ਰੂਪ ਵੱਲੋਂ ਉਹਨਾਂ ਨੂੰ ਕਈ ਵਾਰੀ ਸਮਝਾਇਆ ਗਿਆ ਪਰ ਕਿਸੇ ਕਾਰਨ ਕਰਕੇ ਉਹਨਾਂ ਨੇ ਆਪਣੀਆਂ ਹੀ ਵਿਚਾਰਾਂ ਨੂੰ ਮੁੱਖ ਰੱਖਿਆ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਅਤੇ ਉਹਨਾਂ ਦੇ ਜਥੇ ਵੱਲੋਂ ਇਸ ਜਥੇ ਵੱਲੋਂ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਨਿੱਜੀ ਦੁਬਿਧਾ ਨਹੀਂ ਹੈ। ਇਸ ਗੱਲ ਦਾ ਸੰਗਤ ਖਾਸ ਖਿਆਲ ਰੱਖੇ ਵੀ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਨਿੱਜੀ ਦੁਬਿਧਾ ਨਹੀਂ ਆ। ਅਮਰੀਕ ਸਿੰਘ ਸਾਦੀ ਹਰੀ ਜੋ ਕਿ ਸਵਾਲ ਜਵਾਬ ਦੀ ਕਲਾਸ ਦੇ ਵਿੱਚ ਆਪਣੀ ਨਿੱਜੀ ਮਤ ਦੁਆਰਾ ਜਵਾਬ ਦਿੰਦੇ ਹਨ ਅਤੇ ਅੰਮ੍ਰਿਤ ਰਸ, ਬ੍ਰਹਮ ਰਸ, ਨਾਮ ਰਸ ਵਿੱਚ ਵੀ ਸੰਗਤਾਂ ਨੂੰ ਉਲਝਾਇਆ ਜਾ ਰਿਹਾ ਹੈ ਕਿ ਇਹ ਵੱਖੋ ਵੱਖਰੇ ਹੁੰਦੇ ਨੇ। ਉਹਦੇ ਤੋਂ ਅੱਗੇ ਗੁਰਮੁਖ ਪਿਆਰੇ ਸੁਨਹਿਰੀ ਪ੍ਰਕਾਸ਼ ਬਾਰੇ ਵੀ ਬੜਾ ਭੁਲੇਖਾ ਪਾਇਆ ਜਾ ਰਿਹਾ ਹੈ ਜੋ ਸਾਨੂੰ ਸੰਗਤ ਰੂਪ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛ ਕੇ ਇੱਕ ਵਾਰ ਨਹੀਂ ਕਈ ਵਾਰੀ ਕਲੀਅਰ ਕੀਤਾ ਜਾ ਚੁੱਕਿਆ ਹੈ। ਸੋ ਇਸ ਸੰਸਥਾ ਦਾ ਭਾਈ ਅਮਰੀਕ ਸਿੰਘ ਸਾਦੀ ਹਰੀ ਦੇ ਨਾਲ ਹੁਣ ਕੋਈ ਵੀ ਸੰਬੰਧ ਨਹੀਂ ਹੈ। ਸੋ ਗੁਰਮੁਖ ਪਿਆਰਿਓ, ਅਗਰ ਕੋਈ ਵੀ ਸੰਗਤ ਵਿੱਚੋਂ ਪ੍ਰਭੂ ਮਿਲਾਪ ਦੇ ਰਸਤੇ ਲਈ ਉਹਨਾਂ ਦੀ ਸਿੱਖਿਆ ਮੁਤਾਬਕ ਚੱਲਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਉਹ ਖੁਦ ਹੋਣਗੇ ਜਿਸ ਦਾ ਦੋਸ਼ ਗੁਰਦੁਆਰਾ ਸਾਹਿਬ ਦੇ ਮੁਖੀ ਭਾਈ ਸਾਹਿਬ ਭਾਈ ਧਰਮਜੀਤ ਸਿੰਘ ਜੀ ਜਾਂ ਉਹਨਾਂ ਦੇ ਜੱਥੇ ਨੂੰ ਨਾ ਦਿੱਤਾ ਜਾਵੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਇੰਨੀ ਵਿਚਾਰ ਕਰਦਿਆਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਸੰਗਤ ਗੁਰੂ ਬਖਸ਼ਣਯੋਗ ਹੁੰਦੇ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।